ਸ਼ਲੋਕ ਮਹੱਲਾ ਪੰਜਵਾਂ ਧੰਦੜੇ ਕੁੱਲਾ ਚਿੱਤ ਨ ਆਵੈ ਹੇਕੜੋ ਨਾਨਕ ਸੋਈ ਤਨ ਫੁੱਟਣ ਜਿਨ੍ਹਾਂ ਸਾਈ ਵਿਸਰ ਜਿਨ੍ਹਾਂ ਨੇ ਧੰਦਲੇ ਕੀ ਨੇ ਕਲੇਸ਼ ਕੁਲਾ ਕੀ ਹੁੰਦੀ ਹੈ ਕਲੇਸ਼ ਕੁਲਾ ਦੇ ਕਲੇਸ਼ ਹੁੰਦੇ ਨੇ ਇੱਕ ਪਿਤਾ ਇੱਕ ਕੇ ਅੰਬਾਰਕ ਜਿਨ੍ਹਾਂ ਨੇ ਜ਼ਿਆਦਾ ਕੁਲਾ ਬਣਾ ਲੀਆਂ ਕਲੇਸ਼ੇ ਪੈਦਾ ਕਰਦੇ ਉਹ ਜਿਹੜੀਆਂ ਆ ਕੁਲਾ ਨੇ ਨਾ ਮੱਤਾਂ ਨੇ ਤਾਂ ਧੰਦੇ ਲੱਗੀਆਂ ਹੋਈਆਂ ਨੇ ਧੰਦੇ ਨੇ ਇਹ ਤਾਂ ਧੰਦੇ ਧਾਵਤੀ ਧੰਦੇ ਧਾਵਤ ਰਹਿ ਗਏ ਕੋਟ ਲੱਖ ਸੰਤ ਧੰਦੇ ਲੱਗੇ ਹੋਏ ਨੇ ਇਹ ਧਰਮ ਹੈ ਕੋਈ ਧੰਦਾ ਹੈ ਜਿਹਦੇ ਮੱਤਾਂ ਨੇ ਅੱਡ ਅੱਡ ਕੁਲਾ ਨੇ ਇਹ ਧੰਦੇ ਨੇ ਕਿਤਨਾ ਵੇ ਹੇਕੜੋ ਕਿਤਨਾ ਵੇ ਹੇਕੜੋ ਇੱਕ ਜਿਵੇਂ ਜਿੱਤਾ ਜੂ ਇੱਕ ਤੇ ਕਿਵੇਂ ਸਹਿਮਤ ਹੋ ਜਾਣਗੇ ਇਹ ਇੱਕ ਤੇ ਨਹੀਂ ਸਹਿਮਤ ਹੁੰਦੇ ਇਹਨਾਂ ਦੀਆਂ ਮੱਤਾਂ ਅੱਡ ਅੱਡ ਰਹਿਣਗੀਆਂ ਨਾਨਕ ਸਹੀ ਤਨ ਫੁੱਟਣ ਜਿਨ੍ਹਾਂ ਸਾਈ ਵਿਸਰੇ ਨਾਨਕ ਕਹਿੰਦਾ ਉਹੀ ਤਨ ਫੁੱਟਦੇ ਨੇ ਜਿਨ੍ਹਾਂ ਨੂੰ ਸਾਈ ਵਿਸਰ ਜਾਂਦਾ ਤਨ ਹਿਰਦੇ ਫੁੱਟ ਜਾਂਦੇ ਨੇ ਉਹਨਾਂ ਦੇ ਫਿਕਰੀਆਂ ਬਣ ਜਾਂਦੀਆਂ ਨੇ ਨਾਮ ਦੀ ਬੀਜ ਹੁੰਦਾ ਜਿਹੜਾ ਪਾਣਾ ਫੁੱਟ ਗਿਆ ਜੇ ਨਾਮ ਜਿਹੜਾ ਸੀ ਪਾਇਆ ਰਹਿ ਗਿਆ ਕੁਝ ਵੀ ਨਹੀਂ ਰਿਹਾ ਉਹਦਾ ਵਿਖਰ ਗਿਆ ਹਾਂਜੀ ਮਹੱਲਾ ਪੰਜਵਾਂ ਪ੍ਰੇਤੋਂ ਕੀ ਤੋਨ ਦੇਵਤਾ ਤਿੰਨ ਕਰਨੇ ਹਾਰੇ ਸਭੇ ਸਿੱਖ ਉਬਾਰੀਅਨ ਪ੍ਰਭ ਕਾਜ ਸਵਾਰੇ ਪ੍ਰੇਤੋਂ ਕੀ ਤੋਨ ਦੇਵਤਾ ਜਿਹੜਾ ਪ੍ਰੇਤ ਤੋਂ ਦੇਵਤਾ ਬਣਾਤਾ ਹੁਣ ਪ੍ਰੇਤ ਕੌਣ ਹੈ ਉਹ ਮਾਇਆ ਮੋਹ ਸੀ ਜਿਹਨੂੰ ਜਿਹੜਾ ਸ਼ਰੀਰ ਨਾਲ ਜੁੜਿਆ ਹੋਇਆ ਸੀ ਉਹ ਪ੍ਰੇਤ ਸੀ ਪ੍ਰੇਤੋਂ ਕੀਤਾ ਕੀ ਤੋਨ ਦੇਵਤਾ ਬਣਾਤਾ ਸ਼ਰੀਰ ਨਾਲ ਤੋੜ ਕੇ ਆਪਣੇ ਮੂਲ ਨਾਲ ਜੋੜਤਾ ਦੇਵਤਾ ਬਣ ਗਿਆ ਠੀਕ ਹੈ ਸਿੱਖ ਬਣਾਤਾ ਪੂਰਨ ਬ੍ਰਹਮ ਹੋ ਗਿਆ ਦੇਵਤਾ ਤਿੰਨ ਕਰਨੇ ਹਾਰੇ ਇਹਨੇ ਪਰਮੇਸ਼ਰ ਨੇ ਬਣਾਤਾ ਕਰਨੇ ਹਾਰੇ ਨੇ ਬਣਾਇਆ ਹੋਰ ਨਹੀਂ ਕੋਈ ਬਣਾ ਸਕਦਾ ਨਾ ਬ੍ਰਹਮਾ ਬਣਾ ਸਕੇ ਨਾ ਵਿਸ਼ਨੂੰ ਬਣਾ ਸਕੇ ਨਾ ਸ਼ਿਵਜੀ ਬਣਾ ਸਕੇ ਉਹ ਤਾਂ ਆਪ ਨਹੀਂ ਬਣ ਸਕੇ ਵਿਚਾਰੇ ਦੂਏ ਨੂੰ ਕੀ ਬਣਾਉਣਾ ਉਹਨਾਂ ਨੇ ਵੈਸੇ ਚਾਹੁੰਦੇ ਰਹੇ ਨੇ ਬਣਨਾ ਉਹ ਵੀ ਉਹਨਾਂ ਨੂੰ ਐਸਾ ਗਿਆਨ ਮਿਲਿਆ ਸੀ ਸਭੇ ਸਿੱਖ ਉਬਾਰੀਅਨ ਪ੍ਰਭ ਕਾਜ ਸਵਾਰੇ ਸਭੇ ਸਿੱਖ ਉਬਾਰੀਅਨ ਜਿੱਦੇ ਉਹਨਾਂ ਦੇ ਸਿੱਖ ਬਣ ਕੇ ਅਰੇ ਉਹਨਾਂ ਨੇ ਬਾਹਰ ਕੱਢ ਲਏ ਪ੍ਰਭ ਕਾਜ ਸਵਾਰੇ ਪ੍ਰਭ ਨੇ ਕਾਜ ਸਵਾਰੇ ਕਾਜ ਉਹਨਾਂ ਨੇ ਸਵਾਰੇ ਕਾਜ ਦਾ ਪ੍ਰਭੇ ਸਵਾਰੂਗਾ ਉਹਨਾਂ ਨੇ ਤਾਂ ਉੱਪਰ ਨੂੰ ਕੱਢੇ ਨੇ ਉੱਪਰ ਨੂੰ ਕੱਢੇ ਨੇ ਕੰਨ ਬਾਹਰ ਕੱਢੇ ਨੇ ਉਹਨਾਂ ਦੇ ਆ ਸੁਣ ਲੋ ਬਾਣੀ ਬਾਣੀ ਸੁਣ ਜੋਗੇ ਡੁੱਬੇ ਹੋਏ ਬਾਹਰ ਕੱਢੇ ਨੇ ਕੰਨ ਨਾ ਤੱਕ ਬਾਹਰ ਕੱਢੇ ਨੇ ਉਬਾਰੇ ਨੇ ਉਬਾਰੇ ਉਹ ਡੁੱਬੇ ਤੇ ਨੱਕ ਨੁੱਕਾਂ ਦੇ ਸਿਰ ਤੱਕ ਕੰਨਾਂ ਤੱਕ ਬਾਹਰ ਕੱਢਦੇ ਜਾਂ ਬਾਣੀ ਸੁਣੀ ਉਭਰਿਆ ਉੱਪਰ ਆਪੇ ਉਭਰੇ ਨੇ ਫਿਰ ਸੁਣ ਕੇ ਉਭਰੇ ਨੇ ਬਾਹਰ ਨਿਕਲੇ ਨੇ ਦਲਦਲ ਚ ਫਸੇ ਹੋਏ ਉਹ ਮੱਤ ਛੱਡ ਜਿਹੜੀ ਜਿਹੜੀ ਮੱਤ ਡੁੱਬੇ ਤੇ ਕਬੀਰ ਦੇ ਛੱਡਤੀ ਉਹ ਹੋਰ ਕੀ ਸੀ ਡੁੱਬੇ ਹੋਏ ਹਾਂਜੀ ਨਿੰਦਕ ਪਕੜ ਪਛਾੜਿਆਂ ਝੂਠੇ ਦਰਬਾਰੇ ਨਾਨਕ ਦਾ ਪ੍ਰਭ ਵੱਡਾ ਹੈ ਆਪ ਸਾਜ ਸਿਵਾਰੇ ਨਿੰਦਕ ਦੀ ਜਿਹਨੇ ਨਿੰਦਕ ਦੀ ਜਿਹਨੇ ਡੁਬੋਏ ਤੇ ਉਹ ਪਕੜ ਪਛਾੜਿਆਂ ਐ ਪਛਾੜੇ ਪਕੜ ਕੇ ਜਿਵੇਂ ਕਹਿੰਦੇ ਨੇ ਧੋਬੀ ਦੇ ਪਟੜੇ ਤੇ ਉਹਦੀ ਕ੍ਰਿਸ਼ਨ ਦੀ ਭੈਣ ਪਛਾੜਤੀ ਸੀ ਅਸਲ ਜੇ ਨਿੰਦਕ ਪਛਾੜੇ ਜਾਂਦੇ ਨੇ ਉੱਥੇ ਕ੍ਰਿਸ਼ਨ ਦੀ ਭੈਣ ਨੂੰ ਕੌਣ ਪਛਾੜ ਦਿੰਦਾ ਜਿਹੜੇ ਉਲਟੇ ਰਸਤੇ ਪਾਉਣ ਵਾਲੇ ਨੇ ਨਾ ਲੋਕਾਂ ਨੂੰ ਇੱਥੇ ਝੂਠ ਦੇ ਰਸਤੇ ਆਪਣੀਆਂ ਆਪਣੀਆਂ ਬੱਤਾਂ ਉਹ ਪਟੜੇ ਤੇ ਐ ਪਛਾੜੇ ਜਾਂਦੇ ਨੇ ਨਿੰਦਕ ਪਕੜ ਪਛਾੜੀਆਂ ਝੂਠੇ ਦਰਬਾਰ ਉਹ ਝੂਠੇ ਹੁੰਦੇ ਨੇ ਨਾ ਦੇਖੋ ਝੂਠੇ ਤੇ ਕੌਮਾਂ ਲਾਉਣਾ ਝੂਠੇ ਨੂੰ ਦਰਬਾਰੇ ਨਾਲ ਨਹੀਂ ਜੋੜ ਦੇਣਾ ਠੀਕ ਹੈ ਜੀ ਫਿਰ ਤਾਂ ਝੂਠੇ ਦਰਬਾਰੇ ਝੂਠ ਦੇ ਦਰਬਾਰ ਚ ਦਰਬਾਰੇ ਨਹੀਂ ਹੁੰਦਾ ਝੂਠੇ ਨਾਲ ਦਰਬਾਰ ਆਉਂਦਾ ਨਿੰਦਕ ਪਕੜ ਪਛਾੜੀਆਂ ਝੂਠੇ ਦਰਬਾਰੇ ਦਰਬਾਰੇ ਝੂਠੇ ਨਾਲ ਤਾਂ ਦਰਬਾਰ ਆਊਗਾ ਇੱਕ ਵਚਨ ਦਰਬਾਰ ਹੈ ਇੱਕ ਦਰਬਾਰ ਦੋ ਹੈ ਨਹੀਂ ਦਰਬਾਰ ਵਿੱਚ ਸੱਚਖੰਡ ਵਿੱਚ ਝੂਠੇ ਪਕੜ ਕੇ ਪਛਾੜ ਦਿੱਤੇ ਜਾਂਦੇ ਛਾੜ ਕੇ ਆਤਮਾ ਬਾਹਰ ਕੱਢ ਲਈ ਜਾਂਦੀ ਹੈ ਉਹ ਫੋਲ ਜਿਹਾ ਬਾਹਰ ਫਿਰ ਦਿੰਦੇ ਚੱਕ ਕੇ ਫਿਰ ਇੱਥੇ ਮਾਰਦੇ ਨੇ ਤਿਲਾਂ ਜੋ ਤੇਲ ਝਾੜ ਲਿਆ ਉਹ ਥੱਲੇ ਜੇ ਬਾਹਰ ਮਾਰੇ ਹਾਂਜੀ ਨਾਨਕ ਦਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ ਨਾਨਕ ਦਾ ਪ੍ਰਭ ਤਾਂ ਸਭ ਤੋਂ ਵੱਡਾ ਉਹ ਬਗਾੜ ਦਿੰਦੇ ਸਵਾਰ ਨੂੰ ਵੇਲੇ ਸਾਜਣ ਵਾਲਾ ਤਾਂ ਇੱਕੋ ਹੀ ਹੈ ਹੁਕਮ ਦੇ ਦਾਈ ਭਾਂਡੇ ਘੜੇ ਕਾਂ ਜਾ ਕੇ ਕੰਮ ਖਰਾਬ ਹੋ ਗਿਆ ਇੱਕ ਭਿੱਖਿਆ ਇੱਕ ਅਮਰਦ ਭਰੇ
ਉਹ ਦੁਰਮਤ ਵਾਲਿਆਂ ਨੇ ਵਿਖਿਆ ਪਾਤੀ ਉਹ ਕਹਿੰਦੇ ਫਾਲੇ ਗੁੜ ਲਾਹਣ ਲਈਏ ਨਿਕਲੇ ਉਪਰ ਪਾ ਲਿਆ ਮੂਰਖ ਕੁਮਾ ਗਿਆ ਦੀ ਇੱਕ ਤਬੀਅਤ ਕੁਮਾ ਤਿਆ ਦੀ ਇੱਕ ਜੋਗੀ ਪਰਮਚਾਰੀ ਰਿੱਧਕ ਪਰਮਕਾਰੀ ਇੱਕ ਦੁਖੀ ਇੱਕ ਦੁਖਭ ਹੋਗੀ ਇੱਕ ਸੁਖੀਏ ਨਾਨਕ ਹਰ ਹਰ ਅੰਮ੍ਰਿਤ ਰਸ ਭੋਗੀ ਇੱਕ ਵੀ ਬਾਲ ਨਹੀਂ ਹੈ ਭਾਈ ਗੁਰਦਾਸ ਜੀ ਇਸ ਪੌੜੀ ਦੇ ਮੁਕਾਬਲੇ ਚ ਹਾਲਾਂਕਿ ਕੱਚੀ ਬਾੜੀ ਹੈ ਗੁਰਬਾਣੀ ਦੇ ਨਾਲ ਚੱਲਦੀ ਹੈ ਮੇਲ ਖਾ ਕੇ ਹਾਂਜੀ ਪੌੜੀ ਪ੍ਰਭ ਬੇਅੰਤ ਕਿਛ ਅੰਤ ਨਾਹੀ ਸਭ ਤਿਸੈ ਕਰਨਾ ਅਗਮ ਗੋਚਰ ਸਾਹਿਬ ਜੀਆਂ ਕਾ ਪਰਣਾ ਪ੍ਰਭ ਅਗਮ ਗੋਚਰ ਹੈ ਪ੍ਰਭ ਤਾਂ ਗੁਰੂਖੀ ਬੁੱਧੀ ਦੇ ਪਰੇ ਹੈ ਗੁਰੂਖੀ ਬੁੱਧੀ ਦੇ ਪਰੇ ਦੀ ਖੇਡ ਹੈ ਪ੍ਰਭ ਦੀ ਪ੍ਰਭ ਬੇਅੰਤ ਕਿਛ ਅੰਤ ਨਾਹੀ ਸਭ ਤਿਸੈ ਕਰਨਾ ਸਭ ਤਿਸੈ ਕਰਨਾ ਉਹਨੇ ਕਰਨਾ ਜੋ ਕੁਝ ਕਰਨਾ ਅਗਦਾ ਸਾਰਾ ਉਹ ਹੈ ਗੋਚਰ ਹੈ ਅਗਮ ਸਾਹਿਬ ਉਹ ਹੈ ਸਭ ਤਿਸੈ ਕਰਨਾ ਅਗਮ ਗੋਚਰ ਸਾਹਿਬ ਜੀਆਂ ਕਾ ਪਰਣਾ ਜੀ ਉਹਦੇ ਆਸਰੇ ਨੇ ਉਹਦੇ ਪਲਨੇ ਨੇ ਪਲਨਾ ਆਸਰਾ ਹੁੰਦਾ ਉਹਦੀ ਝੋਲੀ ਚ ਪਏ ਨੇ ਜੀ ਸਾਰੇ ਹਸਤ ਦੇ ਪ੍ਰਤਪਾਲ ਦਾ ਭਰਨ ਪੇਖਣ ਕਰਨਾ ਆਪਣਾ ਹੱਥ ਦੇ ਕੇ ਜੀਆਂ ਨੂੰ ਪ੍ਰਤਪਾਲਦਾ ਪਲਨ ਖਰ ਪੀਰ ਪੂਰਾ ਕਰਦਾ ਪਲਨ ਪੋਖਣਾ ਕਰਦਾ ਪਲਨ ਪੋਖਣਾ ਆਪ ਕਰਦਾ ਪਲਨ ਵੀ ਆਪ ਕਰਦਾ ਪਲਨ ਪੋਖਣ ਵੀ ਆਪ ਕਰਦਾ ਪੈਦਾ ਵੀ ਆਪ ਕਰਦਾ ਸਭ ਕੁਝ ਆਪੇ ਕਰਦਾ ਉਹ ਤੇਨੇ ਕੰਮ ਕੋਈ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦਾ ਜ਼ਿਕਰ ਨਹੀਂ ਸਭ ਪਖੰਡ ਹੈ ਬਾਕੀ ਝੂਠ ਹੈ ਠੀਕ ਹੈ ਜੀ ਮਿਹਰਬਾਨ ਬਖਸ਼ਿੰਦ ਆਪ ਜਪ ਸੱਚੇ ਤਰਣਾ ਜੋ ਤੁਧ ਭਾਵੈ ਤੋ ਭਲਾ ਨਾਨਕ ਦਾਸ ਸਰਣਾ ਮਿਹਰਬਾਨ ਇੱਕ ਵਚਨ ਮਿਹਰਬਾਨ ਬਖਸ਼ਿੰਦ ਇੱਕ ਵਚਨ ਆਪ ਆਪੇ ਹੀ ਹੈ ਉਹ ਜਪ ਸੱਚੇ ਤਰਣਾ ਐਸੇ ਸੱਚੇ ਨੂੰ ਜੇ ਜਾਣ ਲਈਏ ਤਾਂ ਭਵ ਸਾਗਰ ਤਰ ਜਾਈਦਾ ਜੇ ਤਿੰਨਾਂ ਚ ਪੈ ਜੀਏ ਤਾਂ ਡੁੱਬ ਜਾਈਦਾ ਜਿਹਨੇ ਤਿੰਨਾਂ ਨੂੰ ਮੰਨ ਲਿਆ ਕਰਦੇ ਨਾ ਡੁੱਬ ਗਿਆ ਜਿਹਨੇ ਇੱਕ ਨੂੰ ਮੰਨ ਲਿਆ ਸਮਝ ਲਿਆ ਉਹ ਤਰ ਗਿਆ ਜੋ ਤੁਧ ਭਾਵੈ ਸੋ ਭਲਾ ਨਾਨਕ ਦਾਸ ਸਰਣਾ ਹੇ ਪਰਮੇਸ਼ਰ ਜੋ ਤੁਧ ਭਾਵੈ ਸੋ ਭਲਾ ਨਾਨਕ ਦਾਸ ਸਰਣਾ ਨਾਨਕ ਦਾਸ ਦਾ ਤੇਰੀ ਸ਼ਰਨ ਨਾਨਕ ਦਾ ਵਿਚਾਰਾ ਦਾਸ ਹੈ ਦਾਸ ਹੈ ਦਾਸ ਹੈ ਦਾਸ ਹੈ ਦਾਸ ਦਾਸ ਕਹਿੰਦਾ ਜੀਵ ਸੁੱਖ ਗਈ ਪਰ ਗੁਰੂ ਬਣਾਉਣ ਵਾਲੇ ਫਿਰ ਨਹੀਂ ਅੜੇ ਨਾਨਕ ਨੂੰ ਪਰ ਇਹ ਵੀ ਨਹੀਂ ਸੋਚਿਆ ਵੀ ਗੁਰੂ ਜਿਹਨੂੰ ਨਾਨਕ ਕਹਿੰਦਾ ਬੁਲਾਇਆ ਬੋਲੇ ਖਸਮ ਦਾ ਉਹਦਾ ਨਾਮ ਤਾਂ ਕੋਈ ਧਰ ਲੈਂਦੇ ਹੋਰ ਉਹਦਾ ਨਾਮ ਢੋਲਦੇ ਉਹਦਾ ਨਾਮ ਕੀ ਹੈ ਖਸਮ ਦਾ ਨਾਮ ਫਿਰ ਕੀ ਹੈ ਜੇ ਨਾਨਕ ਗੁਰੂ ਤੋਂ ਵੱਡਾ ਸ਼ਬਦ ਵੀ ਤਾਂ ਕੋਈ ਚਾਹੀਦਾ ਸਾਡੇ ਕੋਲ ਬੁਲਾਇਆ ਬੋਲਦਾ ਉਹ ਹੈ ਜੀ ਇਸ ਕਰਕੇ ਝੂਠੇ ਫੜੇ ਹੀ ਜਾਂਦੇ ਹੁੰਦੇ ਨੇ ਝੂਠਿਆਂ ਦੀ ਬੁੱਧੀ ਥੋੜੀ ਹੁੰਦੀ ਹੈ ਝੂਠ ਬੋਲ ਲੈਣਾ ਨੇ ਫੜੇ ਜਾਂ ਝੂਠ ਬੋਲੀ ਜਾਂਦੇ ਨੇ ਅੰਨੇ ਹੋ ਕੇ ਸਿਆਣੇ ਬੰਦੇ ਫੜ ਲੈਂਦੇ ਨੇ ਫਿਰ ਲਾਜਵਾਬ ਹੋ ਜਾਂਦੇ ਨੇ ਠੀਕ ਹੈ